हेलो फ्रेंड्स, आई एम फिटनेस ढिल्लो ते अज आपां गल करांगे बाइसेप दी पीक दी कि बाइसेप नूं किदां ग्रो करना वा, बाइसेप दी जिहड़ा अपना जिहड़ा बेस्ट शेप किदां दसे। तो उहदे लई अज मैं तुहानूं एक्सरसाइजां दस रहा वा, दो जिहड़ियां मेरियां फेवरेट आ। क्यों दस रहा? क्योंकि मैनूं इंस्टाग्राम तों काफ़ी चिर तों मैसेज आ रहे हैं कि सर बाइसेप नहीं साडा ग्रो हो रहा, तुहाडा बाइसेप बहुत सोहणा वा, तो उहदी एक्सरसाइज दस्सो। एक्सरसाइज लाउण दे नाल नाल ਉਹਦੀ ਆਪਾਂ ਨੂੰ ਸਿੰਪਲੀ ਪਹਿਲਾਂ ਮੈਂਟਲੀ ਤੌਰ 'ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਈਸੈਪ ਆਪਾਂ ਗਰੋ ਕਰਨਾ, ਉਹਦੀ ਐਕਸਰਸਾਈਜ਼ ਕਿਹੜੀਆਂ ਵਾ, ਉਹ ਐਕਸਰਸਾਈਜ਼ ਦੀ ਮੂਵਮੈਂਟ ਕਿਹੜੀ ਹੋਣੀ ਚਾਹੀਦੀ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿਹੜੀਆਂ ਮੇਰੀਆਂ ਫੇਵਰੇਟ ਆ, ਮੈਂ ਦੋ ਐਕਸਰਸਾਈਜ਼ਾਂ ਲਾਉਣਾ ਵਾਂ ਪੀਕ ਵਾਸਤੇ, ਪੀਕ ਨੂੰ ਲੌਂਗ ਕਰਨ ਵਾਸਤੇ, ਗਰੋ ਕਰਨ ਵਾਸਤੇ, ਬਾਈਸੈਪ ਦੀ ਵਧੀਆ ਸ਼ੇਪ ਵਾਸਤੇ। ਅੱਜ ਮੇਰੇ ਨਾਲ ਨੇ ਮੇਰੇ ਪਾਰਟਨਰ ਜਿਹਨਾਂ ਨਾਲ ਆਪਾਂ ਐਕਸਰਸਾਈਜ਼ ਸ਼ੇਅਰ ਕਰਾਂਗੇ, ਅਤੇ ਫਸਟ ਐਕਸਰਸਾਈਜ਼ ਆਪਾਂ ਜਿਹੜੇ ਕਰ ਰਹੇ ਹਾਂ ਮੇਰੇ ਪਾਰਟਨਰ ਹੈਗੇ ਆ। ਚਲੋ ਪਹਿਲਾਂ ਲਾਉਂਦੇ ਹਾਂ ਆਪਾਂ ਬਾਰਬਲ ਕੰਧ ਦੇ ਨਾਲ। ਬਾਰਬਲ ਕੰਧ ਦੇ ਨਾਲ ਕੀ ਆ, ਆਪਣੀ ਇੱਕ ਸਿੰਪਲ ਰੋਡ ਲੈਣੀ ਆ, ਇੱਕ ਕਰ ਲੈਣੀ ਆ, ਉੱਤੇ ਆਪਣਾ ਜਿਹੜਾ ਵੇਟ ਆ ਉਹ ਤੁਹਾਡਾ ਇੱਕ ਮਾਡਰੇਟ ਵੇਟ ਹੋਣਾ ਚਾਹੀਦਾ। ਮਾਡਰੇਟ ਵੇਟ ਕੀ ਆ, ਤੁਸੀਂ ਤੁਹਾਡੀ ਸਟਰੈਂਥ ਆ, ਸਟਰੈਂਥ ਦੇ ਅਕੋਰਡਿੰਗ ਤੁਸੀਂ ਉਹਨੂੰ ਲਿਫਟ ਕਰਨਾ ਵਾ, ਠੀਕ ਹੈ। ਵੇਟ ਚੱਕਿਆ, ਸਲੋ ਅਪ ਲੈ ਕੇ, ਸਲੋ ਡਾਊਨ ਲੈ ਕੇ ਆਏ ਹਾਂ। ਕੀ ਕਰ ਰਹੇ ਹਾਂ, ਸਲੋ ਅਪ ਸਲੋ ਡਾਊਨ ਜਾ ਰਿਹਾ ਆਪਾਂ, ਜੇ ਪ੍ਰੋਪਰ ਆਪਾਂ ਡਾਊਨ ਤੱਕ ਆ ਰਹੇ ਹਾਂ, ਸਪੀਜ਼ ਹੋ ਰਿਹਾ, ਜਿਹੜੀ ਆਪਣੀ ਪੀਕ ਆ ਉਹ ਪ੍ਰੋਪਰ ਬਣ ਰਹੀ ਆ, ਲੌਂਗ ਬਣ ਰਹੀ ਆ। ਤਾਂ ਜਿੰਨੀ ਪੀਕ ਲੌਂਗ ਹੋਊਗੀ ਤੁਹਾਨੂੰ ਪਤਾ ਵਾ ਕਿ ਉਹਦਾ ਰਿਜ਼ਲਟ ਕੀ ਆ, ਬੈਸਟ ਹੋਊਗਾ। ਤਾਂ ਜੇ ਬੈਸਟ ਹੋਊਗਾ ਤਾਂ ਜਿਹੜੀ ਸ਼ੇਪ ਆ ਉਹ ਬਹੁਤ ਵਧੀਆ ਦਿਸੂਗੀ। ਇਹਦੇ ਵਿੱਚ ਰੇਪ ਰੈਪ ਲਾਉਣੇ ਆ ਇਹ, ਠੀਕ ਆ। ਇਹ ਡਰੈਸ ਦੇ ਵਿੱਚ ਲਗਾ ਕੇ ਸਲੋ ਸਲੋ ਡਾਊਨ ਦੇ ਵਿੱਚ ਜਾਣਾ ਵਾ, ਅਤੇ ਇਹਦੇ ਵਿੱਚ ਕੰਡੀਸ਼ਨ ਆ ਜਿਹੜੀ ਐਲਬੋ ਆ ਉਹ ਆਹ ਚੀਜ਼ ਆਪਣਾ ਰਵੇ, ਐਲਬੋ ਜਿਹੜੀ ਇੱਥੇ ਸਟੇ ਆ, ਮੂਵਮੈਂਟ ਹੋ ਰਹੀ ਆ ਪ੍ਰੋਪਰ, ਠੀਕ ਹੈ। ਦੇਖ ਰਹੇ ਹੋ ਤੁਸੀਂ ਇੱਧਰ ਪ੍ਰੋਪਰ ਜਿਹੜੀ ਮੂਵਮੈਂਟ ਹੋ ਰਹੀ ਆ, ਠੀਕ ਹੈ। ਇਹ ਡਰੈਪ ਲਗਾਏ, ਉਸ ਤੋਂ ਬਾਅਦ 30 ਸੈਕਿੰਡ ਦੀ ਰੈਸਟ ਲਈ, ਉਸ ਤੋਂ ਬਾਅਦ ਸੈਕਿੰਡ ਐਕਸਰਸਾਈਜ਼ ਲਗਾ ਰਹੇ ਹਾਂ ਆਪਾਂ ਡੰਬਲ ਕਰਨ, ਠੀਕ ਹੈ। ਡੰਬਲ ਕਰਨ ਦੇ ਵਿੱਚ ਸੇਮ ਪੋਜੀਸ਼ਨ ਆ, ਰੇਂਜ ਆਫ ਮੋਸ਼ਨ ਆਪਣੀ ਜਿਹੜੀ ਸਟਰੈਂਥ ਆ ਉਹਦੇ ਅਕੋਰਡਿੰਗਲੀ ਲਿਫਟ ਕਰਨਾ ਆ ਡੰਬਲ ਨੂੰ, ਜਿਹੜਾ ਵੇਟ ਹੈ ਤੁਹਾਡਾ ਸਕਵੀਜ਼ ਕਰ ਰਿਹਾ ਹੈ ਪ੍ਰੋਪਰ, ਸਲੋ ਅਪ ਐਂਡ ਸਲੋ ਡਾਊਨ। ਕੰਡੀਸ਼ਨ ਸੇਮ, ਐਲਬੋ ਨਹੀਂ ਹਿੱਲਣੀ ਚਾਹੀਦੀ, ਐਲਬੋ ਹਿੱਲੂਗੀ ਤਾਂ ਕੀ ਹੋਊਗਾ, ਇਹ ਵੀ ਇੱਕ ਰੀਜ਼ਨ ਆ। ਕਿਉਂ ਨਹੀਂ ਕਹਿ ਰਹੇ ਅਸੀਂ ਐਲਬੋ ਕਿਉਂ ਨਹੀਂ ਹਿਲਾਉਣੀ ਹੈਗੀ, ਕਿਉਂਕਿ ਜਦੋਂ ਐਲਬੋ ਹਿੱਲੂਗੀ ਆਪਣੇ ਜੁਆਇੰਟ 'ਤੇ ਜਿਹੜੀ ਆ ਜ਼ਿਆਦਾ ਇੰਜਰੀਸ ਦੀ ਪ੍ਰੋਬਲਮ ਹੋ ਸਕਦੀ ਹੈ, ਇਸ ਕਰਕੇ ਆਪਾਂ ਸਿੰਪਲ ਸਕਵੀਜ਼ ਕਰ ਰਹੇ ਹਾਂ ਪ੍ਰੋਪਰ। ਅਤੇ ਤੁਹਾਡਾ ਜਿਹੜਾ ਮਾਈਂਡ ਆ ਉਹ ਬਿਲਕੁਲ ਬਾਈਸੈਪ 'ਤੇ ਹੋਣਾ ਚਾਹੀਦਾ ਕਿ ਤੁਸੀਂ ਬਾਈਸੈਪ ਲਗਾ ਰਹੇ ਹਾਂ, ਇਹ ਨਹੀਂ ਮਤਲਬ ਹੋਏਗਾ ਕਿ ਬਾਈਸੈਪ ਲਾ ਰਹੇ ਹਾਂ ਸੋਚੀ ਜਾਓਗੇ ਜੈਸਟ ਮੂਵ ਹੋ ਰਹੀ ਹੈ, ਦਿਸ ਇਜ਼ ਰੌਂਗ, ਠੀਕ ਹੈ। ਇਹ ਡਰੈਪ ਲਗਾਉਣੇ ਆ, ਉਸ ਤੋਂ ਬਾਅਦ ਇਸ ਐਕਸਰਸਾਈਜ਼ ਨੂੰ ਫਿਰ 30 ਸੈਕਿੰਡ ਦੀ ਰੈਸਟ ਲੈਣੀ ਆ, ਅਤੇ ਰਿਪੀਟ ਕਰਨਾ ਇਹਨੂੰ 3 ਵਾਰੀ, ਠੀਕ ਹੈ। ਇਹ ਮੈਂ ਤੁਹਾਨੂੰ ਦੋ ਐਕਸਰਸਾਈਜ਼ਾਂ ਮੈਂ ਸ਼ੇਅਰ ਕੀਤੀਆਂ, ਬਾਰਬਲ ਕਰਨ ਐਂਡ ਹੈਮਰ ਕਰਨ, ਠੀਕ ਹੈ। ਅਤੇ ਇਹਦੇ ਆਪਾਂ ਰੈਪੀਟੀਸ਼ਨ ਲਗਾਏ ਸੀਗੇ, ਇਹ ਰੈਪੀਟੀਸ਼ਨ ਲਗਾ ਕੇ ਈ ਸੈਟ ਦੇ ਬਾਅਦ ਆਪਾਂ 30 ਸੈਕਿੰਡ ਦੀ ਰੈਸਟ ਲੈਣੀ ਆ, 3 ਵਾਰੀ ਇਸ ਐਕਸਰਸਾਈਜ਼ ਨੂੰ ਰਿਪੀਟ ਕਰਨਾ, ਯਾਨੀ ਕਿ 3 ਸੈਟ ਲਗਾਉਣੇ ਆ, ਉਸ ਤੋਂ ਬਾਅਦ ਸੇਮ ਹੈਮਰ ਕਰਨ। ਅਤੇ ਇਹ ਐਕਸਰਸਾਈਜ਼ ਤੁਸੀਂ ਲਗਾਓਗੇ ਤਾਂ ਤੁਹਾਨੂੰ ਇੱਕ ਵਧੀਆ ਰਿਜ਼ਲਟ ਜਿਹੜਾ ਮਿਲੂਗਾ, ਪੀਕ ਤੁਹਾਡੀ ਬਿਗ ਹੋਊਗੀ ਅਤੇ ਬਾਈਸੈਪ ਦੀ ਸ਼ੇਪ ਬੈਸਟ ਬਣੂਗੀ। ਅਤੇ ਇਸ ਤੋਂ ਬਾਅਦ ਆਪਣਾ ਤੁਸੀਂ ਆਪਣਾ ਕੰਜ਼ਿਊਮ ਕਰੋ ਮੀਲ, ਜਿਹੜਾ ਪੋਸਟ ਮੀਲ ਆ, ਅਤੇ ਉਸ ਤੋਂ ਬਾਅਦ ਰੈਸਟ ਲਓ, ਬੋਡੀ ਨੂੰ ਆਪਣੀ ਪੂਰੀ ਰਿਲੈਕਸ ਰੱਖੋ, ਉਸ ਤੋਂ ਬਾਅਦ ਕੋਈ ਐਕਸਰਸਾਈਜ਼ ਹੋਰ ਨਾ ਲਗਾਓ। ਅਤੇ ਮੈਨੂੰ ਤੁਸੀਂ ਫੋਲੋ ਕਰ ਸਕਦੇ ਆ ਇੰਸਟਾਗ੍ਰਾਮ, ਫੇਸਬੁੱਕ 'ਤੇ ਫਿਟਨੈਸ ਢਿੱਲੋ, ਅਤੇ ਸਬਸਕ੍ਰਾਈਬ ਕਰੋ ਮਾਈ ਯੂਟਿਊਬ ਚੈਨਲ। ਥੈਂਕ ਯੂ, ਲਵ ਯੂ, ਢਿੱਲੋ ਫਿਟਨੈਸ।